ਅਸੀਕਾਲ ਦੋਸਤੋ ਮੈਂ ਤੁਹਾਡਾ ਆਪਣਾ ਮਿੰਟੂ ਰਾਜਗੜ ਸਰਦਾਰ ਅਜੀਤ ਸਿੰਘ ਜੀ ਸਟੇਡੀਅਮ ਸੰਗੋਵਾਲ ਜ਼ਿਲ੍ਹਾ ਜਲੰਧਰ ਨਕੋਦਰ ਇਲਾਕੇ ਦੇ ਵਿੱਚ ਪਹੁੰਚੇ ਹਾਂ। ਬਹੁਤ ਸੋਹਣਾ ਵਾਲੀਬਾਲ ਟੂਰਨਾਮੈਂਟ ਵੀਰਾਂ ਨੇ ਜਿਹੜਾ ਕਰਵਾਇਆ ਆਪਣੇ ਨਗਰ ਦੇ ਵਿੱਚ, ਔਰ ਸਾਡਾ ਵੀਰ ਹੈ ਕਹਿੰਦੇ ਜਗਦੀਪ ਸਿੰਘ ਜੱਗਾ ਸਪੈਸ਼ਲ ਜਿਹੜੇ ਕੈਨੇਡਾ ਤੋਂ ਆ ਕੇ ਇਹ ਵੱਡਾ ਖੇਡ ਮੇਲਾ ਔਰਗਨਾਈਜ਼ ਕਰ ਰਹੇ ਆ। ਤੁਹਾਡਾ ਮੇਰੇ ਬਲੌਗ ਤੇ ਭਾਅ ਜੀ ਸਵਾਗਤ। ਥੈਂਕ ਯੂ ਭਾਅ ਜੀ। ਹਾਂ ਤੇ ਐਦਾਂ ਦੱਸੋ ਵੀ ਅੱਜ ਕਿਹੜੀਆਂ ਕਿਹੜੀਆਂ ਟੀਮਾਂ ਆਪਾਂ ਜਿਹੜੀਆਂ ਇਸ ਟੂਰਨਾਮੈਂਟ ਦੇ ਸੱਦ ਰਹੇ ਆ? ਭਾਅ ਜੀ ਆਪਣੀਆਂ 8 ਮਹਾਨ ਟੀਮਾਂ ਜਿਹੜੀਆਂ ਪਹੁੰਚ ਰਹੀਆਂ ਇੱਥੇ। ਹਾਂਜੀ ਹਾਂਜੀ। ਉਹ ਆਪਣੇ ਜਗਤਾਰ ਕਲਾਂ AB, ਹਾਂਜੀ ਕਾਲੀਆਂ, ਹਾਂਜੀ ਮਹਿਮੂਦਪੁਰ ਆਉਣੀ ਸੀਗੀ ਪਰ ਉਹਨਾਂ ਨੇ ਕੁਝ ਵਜ੍ਹਾ ਕਰਕੇ ਆ ਨਹੀਂ ਹੋਣਾ, ਉਹਨਾਂ ਦੀ ਥਾਂ ਤੇ ਭੁੱਲਰਾਂ ਕੀਤੀ ਆ। ਹਾਂਜੀ। ਤੇ 4 ਹੋਰ ਟੀਮਾਂ ਆ ਰਹੀਆਂ ਨੇ। ਵਧੀਆ ਮੈਚ ਜਾਣ ਕੇ ਲੱਖਪੁਰ ਦੀ ਟੀਮ ਵੀ, ਹਾਂ ਤੁਹਾਡੇ ਇਲਾਕੇ ਦੀ, ਹਾਂ ਸਾਰੀਆਂ ਟੀਮਾਂ ਕਹਿੰਦੇ ਵੀ ਵਧੀਆ ਖੇਡ ਰਹੀਆਂ। ਤੁਸੀਂ ਦੇਖ ਸਕਦੇ ਹੋ ਪਹਿਲਾ ਛੋਟਾ ਬੱਚਿਆਂ ਦਾ ਸ਼ੋਅ ਮੈਚ ਜਿਹੜਾ ਖੇਡਿਆ ਜਾ ਰਿਹਾ, ਔਰ ਬੈਨਰ ਦੇਖ ਕੇ ਤੁਸੀਂ ਦੇਖ ਸਕਦੇ ਹੋ ਵੀ ਮੇਰੇ ਵੀਰੋ ਦਰਸ਼ਕਾਂ ਦੇ ਬੈਠਣ ਨੂੰ ਜਿਹੜੀਆਂ ਪੌੜੀਆਂ ਵਗੈਰਾ ਤੁਸੀਂ ਦੇਖ ਸਕਦੇ ਹੋ, ਟਰਾਲੀਆਂ ਜਿਹੜੀਆਂ ਲਵਾ ਦਿੱਤੀਆਂ ਭਰਾਵਾਂ ਨੇ। ਅੱਜ ਦਾ ਖੇਡ ਮੇਲਾ ਫਾਈਨ ਸਪੋਰਟ 'ਤੇ ਆ, ਔਰ ਇਹ ਸ਼ੋਅ ਮੈਚ ਦੀ ਗੱਲ ਆਪਾਂ ਕਰਾਂਗੇ ਹੁਣ। ਐਨ ਸਟਾਰਟਿੰਗ ਕਰਾਉਣ ਲੱਗਿਆ ਇਸ ਟੂਰਨਾਮੈਂਟ ਦੀ, ਵਾਹਿਗੁਰੂ ਮਿਹਰ ਕਰੇ। ਰਵੀ ਵੀਰੇ ਬਹੁਤ ਬਹੁਤ ਧੰਨਵਾਦ ਤੁਹਾਡਾ, ਐਨ ਵਾਹਿਗੁਰੂ ਜੀ ਕੀ ਫਤਿਹ। ਤਕਰੀਬਨ ਮੇਰੇ ਖਿਆਲ ਦੇ ਵਿੱਚ 1992 ਦਾ ਟੂਰਨਾਮੈਂਟ ਤੁਸੀਂ ਦੱਸਿਆ, ਲਾਸਟ ਟੂਰਨਾਮੈਂਟ ਆਪਣੇ ਪਿੰਡ ਹੋਇਆ ਸੀ 1992 'ਚ। ਹਾਂਜੀ ਹਾਂਜੀ। ਉਸ ਤੋਂ ਬਾਅਦ ਅੱਜ ਸ਼ੁਰੂਆਤ ਕੀਤੀ ਹੈ ਇੱਕ ਨਵੀਂ, ਕਹਿ ਲਓ ਕਿ ਆਲਮੋਸਟ 3 ਦਹਾਕੇ ਹੋ ਗਏ ਆ। ਹਾਂਜੀ ਹਾਂਜੀ। ਅਤੇ ਹੁਣ ਦੇਖਦੇ ਬਾਬਾ ਮਿਹਰ ਕਰੇਗਾ, ਇੱਦਾਂ ਹੀ ਰਲ ਕੇ ਚੱਲਾਂਗੇ ਪਿੰਡ ਦੇ ਸਹਿਯੋਗ ਨਾਲ, NRI ਵੀਰਾਂ ਦੇ ਸਹਿਯੋਗ ਨਾਲ। ਹਾਂਜੀ ਹਾਂਜੀ। ਸੋ ਸਾਡੇ ਵੱਲੋਂ ਪੂਰੀ ਆ ਤਿਆਰੀ, ਪੂਰੀ ਆ ਗਾਂਹ ਵਾਲੀ ਵੀ। ਠੀਕ ਹੈ ਵੀਰੇ, ਬਾਕੀ ਪਰਮਾਤਮਾ ਉਹ ਕਰਨ ਵਾਲਾ ਜੋ ਕੁਛ ਵੀ ਆ, ਹੈ ਨਾ ਵੀ 30-32 ਸਾਲ ਬਾਅਦ ਟੂਰਨਾਮੈਂਟ ਜਿਹੜਾ ਆਪਾਂ ਦੇਖ ਰਹੇ ਹਾਂ ਵੀ ਇਹ ਨਗਰ ਦੇ ਵਿੱਚ ਹੋ ਰਿਹਾ, ਔਰ ਕਹਿ ਦਈਏ ਵੀ ਬੜੀ ਮਾਣ ਵਾਲੀ ਗੱਲ ਹੈ ਵੀਰਾਂ ਨੇ ਜਿਹੜੀ ਵਾਲੀਬਾਲ ਨੂੰ ਫਿਰ ਦੁਬਾਰ ਤੋਂ ਜਿਹੜਾ ਜਨਮ ਦਿੱਤਾ, ਫਿਰ ਦੁਬਾਰ ਤੋਂ ਜਿਹੜਾ ਬੂਟਾ ਲਾਇਆ ਜਗਦੀਪ ਸਿੰਘ ਜੱਗੇ ਵਰਗੇ ਭਰਾਵਾਂ ਨੇ। ਔਰ ਮੈਂ ਦੇਖਦਾ ਵੀ ਪਹਿਲਾ ਮੈਚ ਜਿਹੜਾ ਹੁਣ ਕਹਿੰਦੀ ਵੀ ਮੈਚ ਸ਼ੁਰੂ ਹੋਣ ਜਾ ਰਿਹਾ, ਸਤਿਕਾਰਯੋਗ ਸ਼ਖਸੀਅਤਾਂ ਉਹ ਵੀ ਬੈਠੀਆਂ ਆਨੰਦ ਮਾਣਦੀਆਂ ਵੀ ਇਹ ਮੈਚ ਜਿਹੜਾ ਸ਼ੋਅ ਮੈਚ ਕਹਿ ਲਈਏ ਵੀ ਆਪਾਂ, ਜਿਹੜਾ ਇਨਰੀ ਭਰਾ ਸਾਡੇ ਰਾਜੇ ਵਰਗੇ ਜਿੱਦਾਂ ਕੈਨੇਡਾ ਦੇ ਵਿੱਚ ਖੇਡਦੇ ਵੀ ਰਹਿੰਦੇ ਆ ਭਰਾ ਸਾਡੇ, ਇਹਦੀ ਵੀ ਇਹ ਟੀਮ ਨਾਲ ਇਹ ਨਾ ਮੁੰਡਿਆਂ ਦਾ ਖੇਡਿਆ ਜਾ ਰਿਹਾ ਅੰਡਰ 19 ਵਾਲਿਆਂ ਦਾ। ਇਹ ਵਧੀਆ ਮੈਚ ਆ ਜਿਹੜਾ ਦੋਨੋਂ ਟੀਮਾਂ ਦੇ ਦਰਮਿਆਨ, ਹਜੇ ਪਹਿਲਾ ਮੈਚ ਹੈ। ਇਹਦੀ ਵੀ ਸ਼ੋਅ ਲਵਾਇਆ, ਇਸ ਤੋਂ ਬਾਅਦ ਫਿਰ 3 ਬਾਹਰੋਂ ਦੇ ਮੈਚ ਜਿਹੜੇ ਉਹ ਸ਼ੁਰੂ ਹੋ ਜਾਣੇ ਆ। ਜੀ ਟੀਮ ਕਾਲੀਆਂ ਦੀ ਵੀ ਗਰਾਊਂਡ ਦੇ ਵਿੱਚ ਆ ਚੁੱਕੀ ਹੈ, ਦੂਜੇ ਪਾਸੇ ਤੱਲਣ ਸਾਹਿਬ ਆ, ਛੋਟਾ ਮਹਿਕਲ ਵੀ ਆਇਆ ਚੱਲ ਕੇ। ਲੈ ਵੀ ਮਹਿਕਲ ਤੇਰਾ ਧੰਨਵਾਦ ਨੌਜਵਾਨਾਂ, ਆਇਆ ਤੂੰ ਸਮੇਂ ਸਿਰ ਅੱਜ ਖੇਡ ਮੇਲੇ ਤੇ ਚੱਲ ਕੇ। ਤੇ ਹੁਣ ਸਹੀ ਆ ਮੇਰਾ ਵੀਰ, ਵਿੱਚ ਨੂੰ ਕਹਿੰਦੇ ਬਿਮਾਰ ਵੀ ਹੋ ਗਿਆ ਦੀ ਭਰਾ। ਹਾਂਜੀ ਹੁਣ ਸਹੀ ਹੈ, ਬਿਲਕੁਲ ਓਕੇ ਰਿਪੋਰਟ ਆ। ਹੁਣ ਸਾਰੇ ਟੂਰਨਾਮੈਂਟ ਜਿੱਦਾਂ ਖੇਡਿਆ ਕਰੇਗਾ ਮੇਰਾ ਵੀਰ? ਹਾਂਜੀ ਹਾਂਜੀ ਖੇਡਾਂਗੇ ਜ਼ਰੂਰ, ਆਉਣ ਵਾਲੇ ਸਮਿਆਂ 'ਚ ਜਿੰਨੇ ਵੀ ਖੇਡ ਮੇਲੇ ਹੋਣਗੇ। ਬਿਲਕੁਲ ਭਾਈ ਸਾਰੇ ਖੇਡਾਂਗੇ। ਠੀਕ ਆ ਵੀਰੇ। ਤੇ ਬਾਈ ਆਇਆ ਖੇਡਣ, ਇੱਧਰੋਂ ਚਿੱਬਾ ਚਿੱਬਾ ਵੀ ਆਇਆ। ਚਿੱਬ ਕੀ ਹਾਲ ਹੈ ਤੇਰੇ? ਬਸ ਵਧੀਆ ਸਰ। ਚਲ ਵਧੀਆ, ਹੁਣ ਲਿਵਰੋ ਚਿੱਬੇ ਨੇ ਵੀ ਖੇਲਣਾ ਕਹਿੰਦੇ ਵੀ ਮੈਚ ਦੇ ਵਿੱਚ। ਇੱਧਰ ਖੋਖਰ ਸਾਹਿਬ ਬੈਠੇ ਨੇ, ਉਹ ਵੀ ਖੇਡਦੇ ਨੇ। ਤੁਸੀਂ ਲਿਫਟ ਕਰਨੀ ਖੋਖਰ ਸਾਹਿਬ? ਅੱਛਾ ਜੱਸੂ ਦੇ ਬੰਦੇ ਨਾਲ ਆਏ ਨੇ ਜਾਣੀ ਕਿ। ਠੀਕ ਹੈ। ਇੱਧਰ ਵੀਰ ਸਾਡਾ ਰਵੀ ਪਹਿਲਵਾਨ ਬੈਠਾ। ਰਵੀ ਵੀਰੇ ਤੁਹਾਡਾ ਧੰਨਵਾਦ ਮੇਰੇ ਵਲੌਗ ਦੇ ਵਿੱਚ, ਬਹੁਤ ਵੱਡਾ ਨਾਮਾਂ ਪਹਿਲਵਾਨੀ ਖੇਤਰ ਦੇ ਵਿੱਚ। ਕਹਿੰਦੇ ਵੀ ਇਹ ਭਰਾ ਵੀ ਸਾਡਾ, ਕਹਿੰਦੇ ਵੀ ਮੈਚਾਂ ਦਾ ਆਨੰਦ ਮਾਣਦਾ ਰਵੀ। ਵੇਰਾਂ ਪਿੰਡ ਆ ਨਾ ਵੀਰ ਦਾ, ਵੇਰਾਂ ਤੋਂ ਆ ਭਰਾ ਸਾਡਾ ਇਸ ਇਲਾਕੇ ਨੇ। ਕਹਿੰਦੇ ਪਹਿਲਵਾਨੀ ਦੇ ਖੇਤਰ ਵਿੱਚ ਵੀ ਬਹੁਤ ਵੱਡਾ ਨਾਮ ਬਣਾਇਆ, ਔਰ ਜਰਮਨ ਸੈਂਕੜ ਕੈਮਰੇ ਦੇ ਉੱਤੇ ਆ, ਔਰ ਕਹਿੰਦੀ ਵੀ ਗੱਲਾਂ ਬਾਤਾਂ ਸਿਰੇ ਨੇ। ਮੇਲਾ ਪੂਰਾ ਭਰ ਚੁੱਕਿਆ, ਪਾਣੀ ਲੱਗ ਗਿਆ ਕੀਤਾ ਜੱਸੂ ਦੇ ਬੰਦੇ ਦੇ, ਜੱਸੂ ਦੇ ਬੰਦੇ ਦੇ ਕਰਤਾ ਹੋਸ ਲਓ ਜੀ। ਸ਼ੀਤਲ ਕੋਚ ਜੀ ਵੀ ਆਏ ਹੋਏ ਨੇ ਮੇਰੇ ਵੀਰੇ, ਚਾਹ ਦੀਆਂ ਪਿਆਲੀਆਂ ਭਰ ਰਹੇ ਨੇ, ਥੋੜੇ ਜਿਹੇ ਕਾਹਲੀ ਚ ਵੀ ਨੇ। ਔਰ ਕਹਿੰਦੇ ਵੀ ਗੱਲਾਂ ਬਾਤਾਂ ਸਿਰੇ ਨੇ। ਰਣ ਜਿੰਦਰ ਝਵਾਲ ਵਾਲਾ ਵੇਟ ਜਿਹੜਾ 105 ਕਿਲੋ, ਯਾਨੀ ਕਿ 105 ਕਿਲੋ ਵੇਟ ਜਿਹੜਾ ਦੰਦਾਂ ਦੇ ਨਾਲ ਚੱਕ ਕੇ ਦਿਖਾਇਆ ਮੇਰੇ ਵੀਰੋ, ਔਰ ਇੰਟਰਵਿਊ ਜਿਹੜੀ ਕੱਲ੍ਹ ਨੂੰ ਖਬਰ ਵੀ ਇੰਡੀਆ ਨਿਊਜ਼ 'ਤੇ ਆਉਣੀ ਹੈ ਇਸ ਟੂਰਨਾਮੈਂਟ ਦੀ, ਦੇਖ ਸਕਦੇ ਹੋ ਤੁਸੀਂ ਕਿ ਸਾਰੇ ਪ੍ਰਬੰਧਕ ਵੀ ਨਾਲ ਨੇ। ਔਰ ਇੱਧਰ ਵੀ ਦੇਖ ਸਕਦੇ ਹਾਂ ਵੀ ਆਪਾਂ ਮੈਚ ਜਿਹੜੇ ਬੜੇ ਸ਼ਾਨਦਾਰ ਖੇਡੇ ਜਾ ਰਹੇ ਆ, ਜਗਦੇਵ ਕਲਾਂ ਅਤੇ ਪੌਂਡਰੀ ਹਰਿਆਣੇ ਦਾ ਮੈਚ ਹੈ। ਲਓ ਜੀ ਵੀਰ ਆਪਣੇ ਮੁੰਡੇ ਕਹਿੰਦੇ ਵੀ ਜਗਦੇਵ ਕਲਾਂ ਬੀ ਟੀਮ ਪਹਿਲਾ ਸੈਮੀ ਜਿਹੜਾ ਲੱਗਣ ਜਾ ਰਿਹਾ, ਬਿਲਕੁਲ ਸਹੀ ਟਾਈਮ 'ਤੇ। ਦਵਿੰਦਰ ਵੀਰ ਵੀ ਆ ਗਿਆ ਅੱਜ ਖੇਡੇਗਾ, ਵੱਢ ਖਾਣਾ ਗਬਲਾ ਭਾਅ ਜੀ ਵੀ ਆਏ ਹੋਏ ਨੇ, ਤੁਸੀਂ ਦੇਖ ਸਕਦੇ ਹੋ ਵੱਡੇ ਮੱਲ ਵਾਲੀਬਾਲ ਦੇ ਜਿਹੜੇ ਅੱਜ ਖੇਡਦੇ ਨਜ਼ਰ ਆਉਣਗੇ। ਔਰ ਮੇਲਾ ਪੂਰਾ ਭਰਿਆ ਹੋਇਆ ਬਾਈ ਪਿੰਡ ਸੰਗੋਵਾਲ ਦਾ, ਗੱਲਬਾਤ ਐਂਡ ਲੱਗੀ ਹੋਈ ਹੈ, ਦੇਖ ਸਕਦੇ ਹੋ। ਐਨ ਸਤਿਕਾਰਯੋਗ ਸ਼ਖਸੀਅਤਾਂ ਬੈਠੀਆਂ ਆਨੰਦ ਮਾਣਦੀਆਂ ਮੇਰੇ ਵੀਰੋ, ਇਸ ਪਿੰਡ ਦੀਆਂ ਰੂਹਾਂ ਨੇ। ਔਰ
ਇਹ ਸਾਡੇ ਦਰਸ਼ਕ ਵੀਰ ਫੁੱਲ ਕਹਿੰਦੇ ਵੀ ਇੰਜੋਏ ਵਾਲੀਬਾਲ ਦਾ ਕਰ ਰਹੇ ਨੇ। ਸ਼ੀਤਲ ਕੋਚ ਜੀ ਵੀ ਆਏ ਹੋਏ ਨੇ। ਸ਼ੀਤਲ ਕੋਚ ਜੀ ਕੀ ਹਾਲ ਨੇ ਤੁਹਾਡੇ? ਸਤਿ ਸ਼੍ਰੀ ਅਕਾਲ ਜੀ। ਠੀਕ ਹੋ ਜੀ? ਹਾਂਜੀ ਹਾਂਜੀ। ਤੇ ਕਿਵੇਂ ਲੱਗਿਆ ਖੇਡ ਮੇਲਾ ਬਈ? ਆ ਸਵਾਦ ਲਿਆ ਤਾਂ ਪੂਰਾ ਹੈ। ਹਾਂ ਵਧੀਆ ਬਾਈਆਂ ਨੇ ਕਰਵਾਇਆ ਹਨਾ। ਹਾਂਜੀ ਹਾਂਜੀ ਵਧੀਆ। ਤੁਹਾਡੇ ਇਲਾਕੇ 'ਚ ਵੀ ਵਾਲੀਬਾਲ ਜਿਹੜੇ ਹੁਣ ਪਿੱਛੇ ਰਹਿ ਗਈ ਸੀਗੀ ਹੁਣ ਦੁਬਾਰਾ ਤੋਂ ਹੋਣ ਲੱਗੀ। ਹੋ ਰਹੇ ਹਾਂ। ਹਾਂਜੀ ਹਾਂ ਇਹ ਵੱਡੀ ਗੱਲ ਆ। ਤੁਸੀਂ ਵੀ ਕਿਹਾ ਕਰੋ ਵੀ ਜ਼ਰੂਰ ਆਪਾਂ ਸਾਰੇ ਟੂਰਨਾਮੈਂਟਾਂ 'ਤੇ ਜਿਹੜਾ ਵਧੀਆ ਇੱਦਾਂ ਦਾ ਹੀ ਅਰੇਂਜਮੈਂਟ ਰੱਖ ਕੇ ਆਪਾਂ ਖੇਡ ਮੇਲਾ ਕਰਵਾਈਏ। ਔਰ ਮੈਂ ਦੇਖਦਾ ਵੀ ਇੱਧਰੋਂ ਮੈਂ ਅੱਜ ਜਗਦੇਵ ਕਲਾਂ ਦੀ ਆ ਗਈ ਹੈ ਟੀਮ, ਦੂਜੇ ਪਾਸੇ ਕਹਿੰਦੇ ਵੀ ਲੱਖਪੁਰ, ਇਹ ਕਹਿੰਦੀ ਵੀ ਮੈਚ ਵੀ ਬੜਾ ਚੰਗਾ ਖੇਡਿਆ ਜਾਊਗਾ। ਗਰਾਊਂਡ ਬੜੀ ਘੈਂਟ ਲੋਕੇਸ਼ਨ 'ਤੇ ਤੁਸੀਂ ਦੇਖ ਸਕਦੇ ਹੋ ਬਈ, ਐਨ ਗੱਲ ਹੁੰਦਾ ਐਂਡ ਹੋਈ ਪਈ ਸਰਦਾਰ। ਹਾਂਜੀ ਹਾਂਜੀ ਇਹ ਤੁਸੀਂ ਜ਼ਰੂਰ ਦੱਸਿਓ ਜੀ ਦੇਣ ਜਿਹੜੀ ਗਰਾਊਂਡ ਦੀ। ਹਾਂਜੀ ਅਜੀਤ ਸਿੰਘ ਜੀ ਜਿਨ੍ਹਾਂ ਨੇ ਮੇਰੇ ਵੀਰੋ ਬਹੁਤ ਵੱਡਾ ਜਿਗਰਾ ਕਹਿ ਦਈਏ ਵੀ ਆਪਾਂ ਕੋਈ ਇੰਚ ਜਗ੍ਹਾ ਵੀ ਨਹੀਂ ਦਿੰਦਾ, ਇਹ ਕਹਿੰਦੀ ਵੀ ਆਪਣੇ 2 ਤੋਂ 3 ਕਿੱਲੇ ਜਿਹੜੇ ਇਸ ਪਿੰਡ ਨੂੰ ਸੰਘੋਵਾਲ ਨੂੰ ਗਰਾਊਂਡ ਬਣਾਉਣ ਦੇ ਲਈ ਜਿਹੜੇ ਪੌਦੇ ਕੀਤੇ ਆ ਇਸ ਪਿੰਡ ਦੀਆਂ ਸ਼ਖਸੀਅਤਾਂ ਵੱਲੋਂ ਜਿਹੜਾ ਪਤਾ ਲੱਗਿਆ ਮੇਰੇ ਵੀਰੋ, ਔਰ ਧੰਨਵਾਦ ਆ ਇਹ ਸਾਰੇ ਪਿੰਡ ਵਾਸੀਆਂ ਦਾ। ਬਹੁਤ ਵਧੀਆ ਖੇਡ ਮੇਲਾ ਜਿਹੜਾ ਅੱਜ ਸੰਘੋਵਾਲ ਪਿੰਡ ਨਕੋਦਰ ਤਹਿਸੀਲ ਦੇ ਵਿੱਚ ਚੱਲ ਰਿਹਾ। 24 ਬਰਾਬਰ ਦੇ ਮੈਚ ਆ। ਬਹੁਤ ਤਕੜਾ ਮੈਚ ਲੱਗਿਆ, ਨਜਾਇਜ਼ ਤਕੜਾ ਬਾਈ। ਇੱਧਰ ਦਰਸ਼ਕ ਵੀਰ ਬੈਠੇ ਆ ਮੇਰੇ, ਆ ਰਿਹਾ ਸਵਾਦ ਤੁਹਾਨੂੰ ਮੈਚਾਂ ਦਾ? ਹਾਂਜੀ ਭਾਜੀ ਤੁਹਾਨੂੰ ਆ ਰਿਹਾ ਸਵਾਦ ਜੀ? ਜਿੱਦਾਂ ਪਿਛਲਾ ਮੈਚ ਦੇਖਿਆ ਕਿੱਦਾਂ ਲੱਗਿਆ? ਮੈਕਲ ਦੀ ਖੇਡ ਕਿਵੇਂ ਲੱਗੀ? ਮੈਕਲ ਦੀ ਲੈ ਬਾਈ ਖੁਸ਼ ਨੇ, ਸੰਗਤ ਖੁਸ਼ ਆ ਜਦੋਂ ਸਮਝ ਲਓ ਮੇਲਾ ਸਫਲ ਆ ਸੰਘੋਵਾਲ ਦਾ। ਹੈ ਬਾਈ ਧੰਨਵਾਦ ਵੀਰੇ, ਧੰਨਵਾਦ ਤੁਸੀਂ ਇੰਨਾ ਪਿਆਰ ਕਰਦੇ ਹੋ। ਗੱਲਾਂ ਬਾਤਾਂ ਸਿਰੇ ਨੇ ਕਹਿੰਦੇ ਵੀ ਵਲੌਗ ਇਸ ਪਿੰਡ ਦਾ ਆਪਾਂ ਕਹਿੰਦੇ ਬਣਾ ਰਹੇ ਹਾਂ। ਇਹ ਸਾਰੇ ਦਿਲਦਾਰ ਬੰਦੇ ਆ ਨਕੋਦਰ ਇਲਾਕੇ ਦੇ ਜਿਹੜੇ ਪਿੰਡ ਨੇ, ਦੇਖ ਸਕਦੇ ਹੋ ਗਰਾਊਂਡ ਬਹੁਤ ਲਾਈਟਾਂ ਪ੍ਰੋਪਰ ਨੇ। ਇਹ ਜਿਹੜੀਆਂ ਆਪਾਂ ਚੀਜ਼ਾਂ ਤਾਂ ਦਿਖਾ ਰਹੇ ਹਾਂ ਤੁਹਾਨੂੰ ਵੀ ਲਾਈਟਾਂ ਵੀ ਪ੍ਰੋਪਰ ਭਰਾਵਾਂ ਨੇ ਲਾਈਆਂ ਨੇ, ਪੂਰਾ ਐਨ ਕਹਿ ਦਈਏ ਵੀ ਹਰ ਇੱਕ ਚੀਜ਼ ਪੂਰੀ ਵਧੀਆ ਸੀਗੀ। ਸਵੇਰੇ ਪਲੇਅਰਾਂ ਦੇ ਲਈ ਜਦੋਂ ਸਵੇਰੇ ਆਏ ਨੇ ਖਿਡਾਰੀ ਮੇਰੇ ਵੀਰੋ, ਚਾਹ ਦੇ ਨਾਲ ਬਦਾਣਾ ਪਕੌੜੀਆਂ ਸੀਗੀਆਂ, ਮੱਠੀਆਂ ਸੀਗੀਆਂ, ਕਹਿ ਦਈਏ ਵੀ ਇਹ ਵਧੀਆ ਜਿਹੜੇ ਅਰੇਂਜਮੈਂਟ। ਉੱਧਰ ਦੇਖੋ ਦਰਸ਼ਕਾਂ ਦੇ ਬਹਿਣ ਦੇ ਲਈ ਇਹ ਪੌੜੀਆਂ ਜਿਹੜੀਆਂ ਲਾਈਆਂ ਭਰਾਵਾਂ ਨੇ, ਟਰਾਲੀਆਂ ਕਹਿੰਦੇ ਨੇ ਇਹਨਾਂ ਨੂੰ, ਕੌਡੀ ਵਾਲੀਆਂ ਜਿਹੜੀਆਂ ਸੱਦੀਆਂ। ਔਰ ਕਹਿੰਦੀ ਵੀ ਇਹ ਸਹੀ ਸਮਾਂ ਫਾਈਨਲ ਦਾ ਮੇਰੇ ਵੀਰੋ ਮੈਂ ਦੱਸ ਦੇਵਾਂ ਵੀ ਬਿਲਕੁਲ ਟਾਈਮ 'ਤੇ ਵਾਲੀਬਾਲ ਜਿਹੜੀ ਹੋ ਰਹੀ ਅੱਜ ਸੰਘੋਵਾਲ ਪਿੰਡ ਦੇ ਵਿੱਚ 6:30 ਜਿਹੜਾ ਫਾਈਨਲ ਹੋ ਜਾਣਾ। ਤੁਸੀਂ ਦੇਖ ਸਕਦੇ ਹੋ ਹਜੇ ਦਿਨ ਹਲੇ ਹਲੇ ਹੀ ਛਿਪਿਆ, ਦਿਨ ਖੜੇ ਖੜੇ 2 ਸੈਮੀ ਹੋ ਗਏ ਇਹ ਟੂਰਨਾਮੈਂਟ ਦੇ। ਮੇਲਾ ਬਣ ਗਿਆ ਸੰਘੋਵਾਲ ਦਾ, ਮੇਲਾ ਬਣ ਗਿਆ ਮੇਰੇ ਪੰਜਾਬੀ ਵੀਰੋ।
ਲੋਕ ਮੈਂ ਫੇਰ ਕਿਹੜੇ ਤਿਆਰ ਆ ਔਰ ਮੇਰੀ ਉਹ 31,000 ਤੋਂ 51,000 ਆ ਤੇ ਉਧਰੋਂ 21 ਤੋਂ ਕਹਿੰਦੇ 30,000 ਤੱਕ ਦਾ ਸਫ਼ਰ ਕਹਿੰਦੇ ਤੈਅ ਕਰਤਾ ਪ੍ਰਬੰਧਕ ਕਮੇਟੀ ਨੇ ਔਰ ਇਧਰੋਂ ਗਬੜਾ ਵੀਰ ਸਾਡਾ ਫੇਰ ਅੰਕ ਮੇਰੇ ਸੰਗਵਾਲ ਦੇ ਵਿੱਚ ਸਾਹ ਲਾਤਾ ਵੀਰਾਂ ਨੇ ਸੰਗਵਾਲ ਦੇ ਵਿੱਚ ਸਿਰਾ ਲਾਤਾ प्राप्त कर रहे हो जगदीप उस्ताद मिंटू राजगढ़ जी किया जा रहा जिन्हों जिन्हों गोल चंगे एक बार जोर ताड़ी मार के दसो है ना सराई लाया मेरे भी अज चाहते मैचों के चंगे गोल बहुत बहुत धन्यवाद।